ਅਸੀਂ ਸੁਣਿਆ ਕਿ ਤੁਸੀਂ ਗੇਮਸ ਵੀ ਖੇਲਦੇ ਰਹੇ ਹੈ ਹਾਂਜੀ ਠੀਕ ਹੈ ਸਪੋਰਟਸਮੈਨ ਰਹੇ ਹੋ ਫਿਰ ਤੁਸੀਂ ਸਿੰਗਰ ਫਿਰ ਐਕਟਰ ਮੇਰੇ ਕੰਨ ਚ ਦੱਸ ਦਿਓ ਹੋਰ ਕੀ ਕੀ ਕਰਨ ਵਾਲੇ ਹੁਣ ਮੈਂ ਪ੍ਰੋਡਿਊਸਰ ਬਣ ਗਿਆ ਜੀ ਮੈਨੂੰ ਰੱਖੂਗੇ ਆਪਣੀ ਫਿਲਮ ਚ ਮੈਂ ਸਾਡੇ ਲਈ ਤੇ ਮਾਣ ਵਾਲੀ ਗੱਲ ਹੈ ਤੁਸੀਂ ਸਾਡੀ ਫਿਲਮ ਜਾਓਗੇ ਦੁਆ ਕਰੋ ਜੀ ਫਿਲਮ ਚੱਲ ਜੇ ਫਿਰ ਅਗਲੀ ਫਿਲਮ ਆਪਾਂ ਕਰਾਂਗੇ ਹਾਏ ਅਗਲੀ ਫਿਲਮ ਆਪਾਂ ਕਰਾਂਗੇ ਮਤਲਬ ਮੈਂ ਹੀਰੋਇਨ ਓ ਮਾਈ ਗੋਡ ਹੀਰੋਇਨ ਤੋਂ ਯਾਦ ਆਇਆ ਸੋਨਮ ਬਾਜਵਾ ਜੀ ਦਾ ਅਸੀਂ ਸੁਣਿਆ ਕਿ ਤੁਸੀਂ 2 ਸਾਲ ਉਹਨਾਂ ਨੂੰ ਮੈਸੇਜ ਭੇਜੇ ਉਹਨਾਂ 2 ਸਾਲ ਬਾਅਦ ਤੁਹਾਡਾ ਮੈਸੇਜ ਚੈੱਕ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਯੈਸ ਮੈਂ ਤੇਰੇ ਨਾਲ ਗੁੱਡੀਆਂ ਪਟੋਲੇ ਕਰੂੰਗੀ ਮੇਰੇ ਗੁੱਡੇ ਇੱਦਾਂ ਹੈ ਤਾਂ ਇੱਦਾਂ ਅਸੀਂ ਮਤਲਬ ਹਰ ਇੱਕ ਨੇ ਆਪਦੀ ਇੱਕ ਸਹੇਲੀ ਬਣਾਈ ਹੁੰਦੀ ਸੀ ਇਹ ਖਾਬਾਂ ਵਾਲੀ ਸਹੇਲੀ ਹੈ ਨਾ ਤੁਹਾਡੀ ਸੋਨਮ ਜੀ ਮੇਰੀ ਸੋਨਮ ਬਾਜਵਾ ਸੀ ਅਸੀਂ ਤਾਂ ਸੁਣਿਆ ਦੀਪਿਕਾ ਪਾਦੂਕੋਨ ਵੀ ਸੀ ਦੋ ਸਹੇਲੀਆਂ ਇੱਦਾਂ 2-3 ਹੁੰਦੀਆਂ ਸੀ ਸਾਰਿਆਂ ਦੀਆਂ ਮੈਂ ਇੱਕ ਵਾਰੀ ਮੈਸੇਜ ਕੀਤਾ ਸੀ ਹਾਂ ਉਹ ਵੀ ਉਦੋਂ ਉਹਨਾਂ ਦੀ ਨਿੱਕਾ ਜੈਲਦਾਰ 2 ਆਈ ਥਿੰਕ ਰਿਲੀਜ਼ ਹੋਣੀ ਸੀ ਹਾਂਜੀ ਤਾਂ ਮੈਂ ਉਹਦੀਆਂ ਬੈਸਟ ਵਿਸ਼ਸ ਲਈ ਗਲਤ ਮੈਸੇਜ ਨਹੀਂ ਸੀ ਕੀਤਾ ਕੋਈ ਔਰ ਇੱਕ ਹੀ ਕੀਤਾ ਸੀ ਮੈਂ ਉਹ ਮੈਸੇਜ ਕੀਤਾ ਸੀ ਕਿ ਆਈ ਲਾਈਕ ਯੂ ਸੋ ਮੱਚ ਹਾਏ ਹਾਏ ਥਰਡ ਕੰਗ੍ਰੈਚੁਲੇਸ਼ਨਸ ਫॉर ਯਰ ਫਿਲਮ ਤੇ ਪਰ ਨਾ ਸਡਨਲੀ ਆਫਟਰ 6-7 ਮੰਥਸ ਮੇਰਾ ਗਾਣਾ ਹੈ ਚੱਲਣ ਲੱਗ ਗਏ ਫਿਰ ਜਦੋਂ ਅਸੀਂ ਗੁੱਡੀਆਂ ਪਟੋਲੇ ਜਗਦੀਪ ਵੀਰੇ ਨੇ ਮੈਨੂੰ ਸੁਣਾਈ ਤਾਂ ਵੀਰਾ ਕਹਿੰਦਾ ਕਿ ਮੈਂ ਸੋਨਮ ਬਾਜਵਾ ਸੋਚ ਰਿਹਾ ਤੁਹਾਡੇ ਓਪੋਜ਼ਿਟ ਕਿੱਦਾਂ ਦਾ ਲੱਗਿਆ ਹੋਣਾ ਤੁਹਾਨੂੰ ਹੈ ਨਾ ਜਿੰਨੂੰ ਤੁਸੀਂ ਦੇਖ ਕੇ ਆਏ ਹੋਵੋ ਮੈਂ ਵੀਰੇ ਨੂੰ ਜਗਦੀਪ ਵੀਰੇ ਬਹੁਤ ਵਾਰੀ ਕਿਹਾ ਮੈਂ ਕਿਹਾ ਮੈਨੂੰ ਐਂ ਲੱਗਿਆ ਕਿ ਯਾਰ ਇਹ ਬੰਦਾ ਗੱਪ ਗੁੱਪ ਮਾਰੀ ਜਾਂਦਾ ਐਵੇਂ ਸੋਨਮ ਬਾਜਵਾ ਮੇਰੇ ਨਾਲ ਕਿੱਥੋਂ ਫਿਲਮ ਕਰੂਗੀ ਅਤੇ ਮੈਂ ਘਰ ਮੇਰੇ ਮਤਲਬ ਫੈਮਿਲੀ 'ਚ ਗਿਆ ਪਾਪਾ ਕਹਿੰਦੇ ਹਾਂ ਕਿੱਦਾਂ ਤੂੰ ਅੱਜ ਫਿਲਮ ਲਈ ਤੈਨੂੰ ਬੁਲਾਇਆ ਸੀ ਮੈਂ ਕਿਹਾ ਐਵੇਂ ਵੱਡੀਆਂ ਵੱਡੀਆਂ ਛੱਡੀ ਜਾਂਦਾ ਸੀ ਆਪਾਂ ਸੋਨਮ ਬਾਜਵਾ ਨਾਲ ਫਿਲਮ ਕਰਨੀ ਹੈ ਐਂ ਕਰਨਾ ਮੈਂ ਕਿਹਾ ਫਿਲਮਾਂ ਹੁੰਦੀਆਂ ਤਾਂ ਫਿਰ ਉਹਦਾ ਮੈਨੂੰ 2 ਦਿਨ ਬਾਅਦ ਜਗਦੀਪ ਦਾ ਫੋਨ ਆਇਆ ਕਹਿੰਦਾ ਯਾਰ ਤੂੰ ਕੋਈ ਮੈਸੇਜ ਕੀਤਾ ਸੀ ਸੋਨਮ ਬਾਜਵਾ ਨੂੰ ਮੈਂ ਕਿਹਾ ਨਹੀਂ 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 ਕਹਿੰਦਾ ਯਾਰ ਉਹਨੇ ਹੀ ਮੈਨੂੰ ਦੱਸਿਆ ਕਿ ਇਹਦਾ ਮੈਸੇਜ ਆਇਆ ਹੋਇਆ ਆਲਰੇਡੀ ਮੈਂ ਅੱਜ ਹੀ ਚੈੱਕ ਕੀਤਾ ਕਿ ਗੁਰਨਾਮ ਭੁੱਲਰ ਇੱਦਾਂ ਉਹਦੇ ਨਾਲ ਫਿਲਮ ਕਰਨੀ ਹੈ ਤਾਂ ਕਹਿੰਦਾ ਉਹਨੇ ਯੈਸ ਕਰਤੀ ਹੈ ਉਹ ਫਿਰ ਉਹ ਫਿਲਮ ਦੇ ਸਕਰੀਨ ਉਸ ਮੈਸੇਜ ਦੇ ਸਕਰੀਨ ਸ਼ਾਟ ਤੋਂ ਅਸੀਂ ਫਿਲਮ ਅਨਾਊਂਸ ਕੀਤੀ ਸੀ ਠੀਕ ਹੈ ਗੁਰਨਾਮ ਵੀਰੇ ਮੈਂ ਗਰੀਬ ਆਸ਼ਕ ਹੈਗਾ ਮੈਂ ਭਰਾ ਨੂੰ ਮਿਲਣ ਆਇਆ ਅੱਜ ਤੁਸੀਂ ਐਡੇ ਮਹਿੰਗੇ ਮਹਿੰਗੇ ਗਾਣੇ ਗਾਏ ਨਾ ਸਾਡੀਆਂ ਗਰਲਫ੍ਰੈਂਡਾਂ ਭੂਏ ਚੜੀਆਂ ਹੋਈਆਂ ਇਹਨਾਂ ਨੇ ਗਾਣਾ ਗਾਇਆ ਮੈਡਮ ਜੀ ਹਾਂ ਉਹ ਤੈਨੂੰ ਡਾਇਮੰਡ ਦੀ ਝਾਂਜਰ ਲਿਆ ਦਾਂਗੇ ਹਾਂ ਅਗਲੀ ਮੰਗਣ ਡਈ ਹੈ ਮੈਂ ਕਿੱਥੋਂ ਲਿਆ ਕੇ ਦੇਣੀ ਹੈ ਸੁਨਿਆਰੇ ਦੀ ਦੁਕਾਨ ਤੋਂ ਮੈਂ ਚੋਰੀ ਕਰਕੇ ਲਿਆ ਕੇ ਦਿੱਤੀ ਆ ਅਗਲੀ ਨੇ ਝਾਂਜਰ ਵੇਚ ਕੇ ਮੋਹਾਲੀ 2 BHK ਫਲੈਟ ਲੈ ਲਿਆ ਥੱਲੇ ਚੌਂਕੀਦਾਰ ਰੱਖਤਾ ਵਾ ਉਹਨੇ ਮੇਰੀ ਫੋਟੋ ਦੇ ਦਿੱਤੀ ਕਹਿੰਦੀ ਆਹ ਬੰਦਾ ਨਜ਼ਰ ਆਉਣਾ ਚਾਹੀਦਾ ਫਿਰ ਮੇਰਾ ਦਿਮਾਗ ਕੰਮ ਕੀਤਾ ਮੈਂ ਕਿਹਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਫਿਰ ਮੈਂ ਆਪਣੇ ਦੋਸਤ ਆਪਣੇ ਪਿਆਰੇ ਸੋਹਣੇ ਭਰਾ ਦੀ ਪ੍ਰੋਫਾਈਲ ਪਿਕ ਲਾ ਕੇ ਨਾ ਮੈਂ ਬਣਾਤਾ ਅਕਾਊਂਟ ਉੱਥੇ ਮੇਰੇ ਨਾਲ ਇੱਕ ਬੜੀ ਅਮੀਰ ਕੁੜੀ ਸੈੱਟ ਹੋ ਗਈ ਆ ਅਤੇ ਉਹ ਪਰ ਨਾ ਡਿਮਾਂਡਾਂ ਬਹੁਤ ਕਰਦੀ ਹੈ ਵੀਰੇ ਅੱਜ ਮੈਂ ਚਾਹੁੰਦਾ ਇੱਥੇ ਆਏ ਅਤੇ ਭਰਾ ਮੇਰਾ ਹੈਲਪ ਕਰੇ ਹੈ ਨਾ ਇੰਪ੍ਰੈਸ ਕਰਨ ਦੇ ਵਿੱਚ ਮੈਨੂੰ ਪੱਕਾ ਡਨ 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 ਆਉਣ ਵਾਲੀ ਆ How dare you? ਤੂੰ ਪੂ ਨੂੰ ਪਲਟ ਕੇ ਨਹੀਂ ਵੇਖਿਆ? ਲੈ ਪੂ ਦੇਖਦਾ ਭਲਾ ਤੀ ਦੱਸ ਐਡਾ ਵੱਡਾ ਸੁਪਰ ਸਟਾਰ ਅਮਿਤਾਭ ਬੱਚਨ ਉਹਦਾ ਪਾ ਨਹੀਂ ਦੇਖਿਆ ਤੇਰਾ ਪੂ ਕਿੱਥੋਂ ਦਿਖ ਜਾਣਾ ਦੇਖ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਦੁਪਹਿਰ ਤੋਂ ਪਹਿਲਾਂ ਚੰਨ ਤੋੜ ਕੇ ਲਿਆ ਦੇ ਨਹੀਂ ਤਾਂ ਸ਼ਾਮ ਤੱਕ ਤੇਰਾ ਮੇਰਾ ਬ੍ਰੇਕਅਪ ਓਏ ਹੋਏ ਲੈਵਲ ਦੇਖੋ ਸੋਚ ਦਾ ਉਹ ਚੰਨ ਚੜਦਾ ਹੈ ਰਾਤ ਨੂੰ ਮੈਂ ਦੁਪਹਿਰੇ ਕਿੱਥੋਂ ਤੋੜ ਕੇ ਲਿਆ ਦਿਆਂ ਦੇਖ ਗੱਲਾਂ ਨਾ ਕਮਾ ਨਹੀਂ ਤਾਂ ਚੱਲਦੇ ਸ਼ੋਅ ਦੇ ਵਿੱਚ ਗੁਰਨਾਮ ਨਾਲ ਸੈਟਿੰਗ ਕਰਕੇ ਨਾ ਮੈਂ ਇੱਥੇ ਹੁਣੇ ਚੰਨ ਚੜਾ ਦੇਣਾ ਤੂੰ ਇਦਾਂ ਮੇਰੀ ਗੱਲ ਸੁਣ ਫੁਕਰੀਆਂ ਨਾ ਮਾਰ ਮੈਂ ਤੈਨੂੰ ਦੱਸਾਂ ਗੱਲ ਮੈਂ ਅੱਜ ਵੇਖਣਾ ਵਾ ਕਿ ਤੂੰ ਮੈਨੂੰ ਕਿੰਨਾ ਕੁ ਪਿਆਰ ਕਰਦੀ ਹੈ ਹੁਣੇ ਦੇਖਦਾ ਵਾਂ ਇੱਕ ਮਿੰਟ ਬ੍ਰਦਰ ਨਾਲ ਹੋਇਓ ਥੋੜਾ ਜਿਹਾ ਕਿਆ ਹੋ ਜਾਏ ਭਾਅ ਜੀ ਪੈਸੇ ਹੈਗੇ ਥੋੜੇ ਜਿਹੇ ਵੀਰੇ ਦੇ ਦਿਓ ਤੁਹਾਡੇ ਕੋਲ ਕਿੰਨੇ ਹੁੰਦੇ ਬਸ ਵੀ ਮੈਂ ਮੇਰੀ ਗੱਲ ਬਣ ਗਈ ਤੂੰ ਕਰ ਲੈ ਜਿਹੜੀ ਗੱਲ ਕਰਨੀ ਤੇਰੀ ਇਹ ਗਰੀਬੀ ਦੇ ਕੇ ਨਾ ਐਕਚੁਅਲੀ ਮੈਨੂੰ ਤਰਸ ਆ ਜਾਂਦਾ ਤੇਰੇ ਤੇ ਮੈਨੂੰ ਨਾ ਨਾ ਚਾਹੁੰਦੇ ਹੋਏ ਵੀ ਤੇਰੇ ਨਾਲ ਨਾ ਦੁਬਾਰੇ ਤੋਂ ਦੁਬਾਰੇ ਪਿਆਰ ਹੁੰਦਾ ਜਾਂਦਾ ਹੈ ਦੇਖ ਤੂੰ ਭੁੱਲਰ ਦੀ ਗੱਲ ਕਰ ਰਿਹਾ ਨਾ ਪਲੀਜ਼ ਉਹਨਾਂ ਵਾਂਗੂ ਨਾ ਮੈਨੂੰ ਕੋਈ ਰੋਮਾਂਟਿਕ ਜਿਹਾ ਗਾਣਾ ਸੁਣਾ ਮੈਨੂੰ ਥੋੜਾ ਫੀਲ ਆਉਣਾ ਚਾਹੀਦਾ ਕਿ ਤੂੰ ਮੈਨੂੰ ਸੱਚੀ ਪਿਆਰ ਕਰਦਾ ਹੈ ਐਡੀ ਛੋਟੀ ਜੀ ਗੱਲ ਹਾਂ ਫਿਰ ਗਾ ਦੇ ਨਹੀਂ ਨਹੀਂ ਮੈਂ ਕਰੇ ਐਡੀ ਛੋਟੀ ਗੱਲ ਨਹੀਂ ਕੋਈ ਵੱਡੀ ਡਿਮਾਂਡ ਰੱਖ ਨਹੀਂ ਨਹੀਂ ਤੂੰ ਮੇਰੀਆਂ ਛੋਟੀ ਜੀ ਡਿਮਾਂਡ ਪੂਰੀ ਕਰ ਚੱਲ ਗਾ ਅੱਛਾ ਗਾਉਣਾ ਪਊਗਾ ਗਾ ਦੇ ਤੂੰ ਤਾਂ ਵਧੀਆ ਕਰਨਾ ਨਾ ਇਹਨਾਂ ਤੋਂ ਵੀ ਬਿਲਕੁਲ ਬਿਲਕੁਲ ਗਾਉਣ ਲੱਗਾ
एक मिनट तू अखा बंद करी मैं हां अखा बंद कर क्यों माहौल बनाना मैं कोई मैं तेनू देखूंगी कि मैं गाउंदे सुनी दा देख के की करना अच्छा दी शक्ल देखण वाली हां सही गल है हां ओ तो तुसी देखदे रहंदे हो ना एक बहुत मैं क्लोज कर लिया चलो फटाफट गाओ कम वीरे वीरे वेला मेरी सेटिंग करा दी भरा मेरे मेरा भरा गाना गा दी ते मैं अगे मुंह हिला दूंगा वेला वीरे पैसे घट आ वीरे मैं ब्रदर मैं बाद च दे दूंगा मेरा वेला इदा नहीं वीरे पैसे सेटिंग करा दे वेला चले चले तू बहुत ही गरीब बंदा खोल अखा हां जी पेश करने जा रहे हैं गाना अपनी गर्लफ्रेंड वास्ते सेटिंग वास्ते सारी दुनिया ने दिलों कड़े आसी मैं नी तेरे जोगा रब ने ता छड़े आसी मैं सारी दुनिया ने दिलों कड़े आसी मैं नी तेरे जोगा रब ने ता छड़े आसी मैं सिंगल सी मैं तू भी कली मिलगी सिंगल सी मैं तू भी कली मिलगी चला जया मैं तू भी चली मिलगी चला जया मैं तू भी चली मिलगी चला जया मैं तू भी चली मिलगी वेरी नाइस हाय मैं तेने गल कहना चाहनी हां हट मैं ना तेरे ना सेट होगी मैं तेरे तो बहुत ज्यादा इंप्रेस होगी थैंक यू वीरा सेटिंग कराती मेरी चल चलिए चल हां उधार पैसे जड़े ओ एक मिनट मेरे ना एक दिमाग दे विच गल आई है हैं तेरा दिमाग हैगा गाना तू गा रहा सी ते माइक गुरनाम कोले क्यों सीगा अच्छा ओ ओ कोरस वास्ते पीछे होए होए मेन सिंगर ओ पीछे कोरस दे रहे सी नहीं नहीं मैं नहीं मान सकदी कि गुरनाम कोरस दे रहे होंगे चल तू बाकी गल्ला छड़ तू ना मेनू एक गाना होर सुना एक होर सुन लेने आ दे तो गाना एक होर मैं सुना देना एक अड़ी गल्ल आ एक मिनट मैं मैडम दा हाथ सिर ते थोड़ा पाया सिर च खे हुण गाना गा इत्थे खड़ के अच्छा देख मैनू ना हाथ ना लाइया तेन दसा गल चंगी गल नहीं हैगी गाना गाने के नहीं गाउंदा वॉयलेंस नहीं चलना हैगा गाउन लगे अजकल गाने वॉयलेंस नाल ही चलदे तू गाना गा मैनू मैं चपेड़ ना मार दे कदे मेरे मुंह ते अच्छा हां होर मेरे वाल ना पड़ते कदे दसा ना तू गाना गाएगा कि नहीं गाएगा मेरी दसा मैनू कुट्टी ना ते मेरे साथ गल नहीं गाना गाने के नहीं गाना ये गाना कि नहीं गाना तेन क्या ना गाना गा बस बस हे ना वॉयलेंस करता ही हो तीन चार गाने आ गए मेनू नहीं नहीं मैं तीन चार नहीं सुनने तू मेनू एक गाना सुना सील सुना देना हे पुलरा तेरा यासरा ही मारनिया रब्बा हुंदा पुलरा नहीं हुंदा नहीं नहीं मेरी पहुंच जिदे तक है कि मैं ओनु याद करना गाना गा ज्यादा गल्ला ना कमा हाथ ना लाई ठीक है ओ कर दे हुन पेश ओने कर ते दिता कि ना कुछ पेश हुन मेरी बारी आई है चल चल मैनू पहले ही पता सी मैनू पता सी भी दाल च कुछ काला है तू गाना नहीं गाया हाय अज तो मेरे शूज भी फिते वाले मैं तेनू काले ना पट्टा मार दिया पूरा पूरा बना ले ना तू